ਪਹੁੰਚ ਚੁੱਕਿਆ ਜੀ ਹੈਦਰ ਸ਼ਾਹ ਦਰਬਾਰ ਮਾਸ਼ਾਅੱਲਾ। ਕਿਲੇ ਦੇ ਵਿੱਚ ਕੁਕਿੰਗ ਸੀ ਨਹੀਂ ਪਿਆ। ਅਸਲਾਮ ਵਾਲੇਕੁਮ ਮਾਸ਼ਾਅੱਲਾ ਵੀ ਵਾਰ ਚੈੱਕ ਕਰੋ, ਕੋਟ ਸਮਾਬੇ ਤੋਂ ਆਏ ਵਾ ਦਿਨ ਇੱਥੇ ਨਾ ਕੁਕਿੰਗ ਕਰਨ ਦੇ ਪੈਣ, ਉਹ ਵੀ ਕਿਲੇ ਦੇ ਅੰਦਰ। ਚੈੱਕ ਕਰੋ ਤੁਸੀਂ ਆਹ ਬਾਰਿਸ਼ ਆ ਜਾਣਾ ਕਿਆ ਹੈ ਵਾਲ ਹੈ ਨਾ, ਇਹ ਨਹੀਂ ਤੁਸੀਂ ਬਾਰਿਸ਼ ਨਜ਼ਰ ਆਉਂਦੀ ਸਾਰੀ ਬਾਰਿਸ਼। ਅੱਛਾ ਵੀ ਵਾਰ ਇਹ ਕਿਲਾ ਖੈਰਗੜ੍ਹ ਦਾ ਸੀਨ, ਸਭ ਤੋਂ ਜ਼ਿਆਦਾ ਉੱਚਾ ਬੁਰਜ ਨਾ ਇਹ ਵਾਲਾ ਹੈ, ਉਹ ਤੋਂ ਬਾਅਦ ਸਾਹਮਣੇ ਵਾਲਾ ਚਾਰ ਬੁਰਜ ਨੇ ਇਹਦੇ ਵਿੱਚ, ਅਤੇ ਬਾਕੀ ਕਿਲਾ ਨਾ ਖਸਤਾ ਦਾ ਸ਼ਿਕਾਰ ਹੈ, ਕੁਝ ਟੂਰਿਸਟ ਵਗੈਰਾ ਆਏ ਉਹਦੇ ਘੁੰਮਣ ਫਿਰਨ। ਜਲਦੀ ਜਲਦੀ ਲੋ ਯਾਰ ਬਾਰਿਸ਼ ਆ ਗਈ, ਜਲਦੀ 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 ਜਲ ਯਾਰ ਜਲ 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 ਜਲ, ਕਿਉਂਕਿ ਰਸਤਾ ਖਰਾਬ ਸੀ ਚਲੋ ਮੋਟਰਸਾਈਕਲ ਖੜੀ ਬਸੇ ਬਸੇ ਸੇ, ਇਹ ਸਭ ਤੋਂ ਜ਼ਿਆਦਾ ਖਤਰਨਾਕ ਖਤਰਨਾਕ ਸੀ ਨੇ ਖਤਰਨਾਕ ਸੀ ਨੇ ਜਲ 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 ਚਲ 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 ਜਲ 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 ਬਿਸਮਿਲ੍ਲਾਹ ਰਹਿਮਾਨ ਰਹੀਮ। ਅਸਲਾਮ ਅਲੈਕੁਮ ਵੀਰ, ਕੀ ਹਾਲ ਹੈ? ਠੀਕ ਹੋ ਤੁਸੀਂ? ਠੀਕ ਹੈ, ਮੈਂ ਤੁਹਾਡਾ ਆਪਣਾ ਦੋਸਤ ਮੁਹੰਮਦ ਸ਼ਹਜ਼ਾਦ, ਤੁਹਾਡੇ ਦੇ ਸਾਡੇ ਯੂਟਿਊਬ ਚੈਨਲ ਸ਼ਹਜ਼ਾਦ ਚਲਿਸਤਾਨੀ। ਨਵੀਦ ਬਈ ਕੀ ਹਾਲ ਹੈ? ਅੱਜ ਤਾਂ ਮਾਸ਼ਾਅੱਲਾ ਸੋਹਣਾ ਲੱਗਦਾ ਖਣੀਆ, ਤਿਆਰ ਸ਼ਰੀਕਾ ਤੇ ਕਿਵੇਂ ਦਾ ਵੀ ਕਿਆ 14 ਅਗਸਤ? ਅੱਛਾ ਦੇ ਵਲੌਗ ਇਸ ਨਾਲ ਦੋ ਖੁਸ਼ਖਬਰੀਆਂ, ਅੱਜ ਤਾਂ ਇੱਕ 14 ਅਗਸਤ ਤੇ ਵੀ ਖੁਸ਼ਖਬਰੀ ਤੁਸਾਂ ਕੋ ਬਾਅਦ ਸੁਣੇ ਨਾ। ਅਸਲਾਮ ਅਲੈਕੁਮ ਅੱਬੂ। ਅੱਬੂ ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਕਿਉਂ ਪਰੇਸ਼ਾਨ ਬੈਠੋ ਸਾਈਂ? ਕਿਵੇਂ ਨੇ ਸਾਈਂ? ਠੀਕ ਹੋ? ਠੀਕ ਲਾਪਾ ਦਾ ਕਰਮ ਖੈਰ। ਪਰੇਸ਼ਾਨ ਕਿਉਂ ਬੈਠੋ? ਗਰਮੀ ਡਾੜੀ ਹੈ। 14 ਅਗਸਤ ਆਇਆ ਤੁਸਾਂ ਕੁਝ ਲੋ ਘੁਮਾ ਮਾਰੂ ਹੀ ਤੇ ਹੁਣ ਇਤਨੀ ਜ਼ਿਆਦਾ ਗਰਮੀ ਹੈ ਤੇ ਹੁਣ ਆਖਦੇ ਕਿ 1:30 ਵਜੇ ਆਪਾਂ ਤੂੰ ਨਿਕਲ ਜਲੂ, ਮੈਂ ਇਹਨਾਂ ਕੋ ਆਖਿਆ ਕਿ ਸ਼ਾਮ ਨੂੰ ਨਿਕਲ ਸੂੰ ਕਿਉਂਕਿ ਸ਼ਾਮ ਦਾ ਮੌਲ ਨਹੀਂ ਮੈਂ ਸ਼ਾਇਦ ਅੱਜ ਪੈ ਪਿੱਛੇ ਬੈਠ ਗਿਆ ਤੇ ਯਾਰ ਮੈਂ ਸੀ ਵੇਟ ਕਰਨਾ ਸੀ ਜਲਣਾ ਪੋਦੇ ਨਾ ਭਾਈ ਤੂੰ ਪਿੱਛੇ ਮੈਂ ਯਾਰ ਮੈਂ ਕੋ ਹੈ ਚੀਜ਼ ਦਾ ਸੱਤਾ ਹੀ ਠੀਕ ਕਰ ਤੈਂ ਗਈ ਹੈ ਕਲ ਅਟਾ ਚਾਉਣੇ ਦਾ ਵੀ ਵੀਰ ਅਸਾਂ ਸਭ ਤੋਂ ਪਹਿਲਾਂ ਜੋ ਡੈਜ਼ਰਟ ਵਾਲੀ ਸਾਈਡ ਤੇ ਦਰਬਾਰ ਹੈ ਪੀਰ ਹੈਦਰ ਸ਼ਾਹ ਬੁਖਾਰੀ ਦੀ, ਤਾਂ ਉਹਦੇ ਨਾਲ ਕਿਲਾ ਖੈਰਗੜ੍ਹ ਹੈ, ਉੱਥੋਂ ਤੁਸੀਂ ਵਿਜ਼ਿਟ ਕਰੋ ਇਹਨੂੰ ਇਨਸ਼ਾਅੱਲਾ। ਭਾਈ ਚੈੱਕ ਕਰੋ ਟੋਪੀ ਸਹੀ ਲੱਗਦੀ ਹੈ ਕਿ ਨਾ? ਮਾਸ਼ਾਅੱਲਾ ਸੋਹਣੀ ਲੱਗਦੀ ਹੈ। ਉਹ ਸਹੀ ਨਾ ਲੱਗਦੀ ਤਾਂ ਦੱਸਾਂ ਲਾਸਟ ਟੋਏ ਐਨਕ ਦਿਖਾ ਮੈਂ, ਇੱਕ ਮਿੰਟ ਐਨਕ ਪਾ ਚੈੱਕ ਕਰਨ ਨੂੰ। ਹੁਣ ਦੇਖਾਂ ਟੋਪੀ ਪਲੱਸ ਐਨਕ। ਮਾਸ਼ਾਅੱਲਾ ਬਿਊਟੀਫੁਲ। ਵਿਊਵਰ ਤੁਹਾਨੂੰ ਦੱਸਾਂ ਅਗਰ ਖਰਾਬ ਲੱਗਦੀ ਪਈ ਤਾਂ ਬਲਾਸ ਟੈਨ ਹੋਣੇ। ਤੇ ਜੀ ਵਿਊਵਰ ਪਹੁੰਚ ਗਿਆ ਇੱਕ ਦੋਸਤ ਨੇ। ਅਸਲਾਮ ਅਲੈਕੁਮ ਜਨਾਬ ਮੋਹਤਰਮ। ਮਾਸ਼ਾਅੱਲਾ ਮਰੀ ਗਏ ਆ ਚਿੱਟਾ ਸੇ ਵਾਲਾ ਆ। ਵਾਹ ਸਹੀ ਵਾਹ। ਸੀਰੀਅਸ ਗੱਲ ਹੈ, ਰੰਗ ਗਾੜੇ ਆ। ਇਹਦੀ ਕੀ ਆਈ ਮਤਲਬ ਕਿ ਵਜ੍ਹਾ ਹੈ? ਗਰਮੀ ਕਰਾਈ ਨਾ ਉਤਾਂ। ਸਰਦੀ ਆਈ? ਅੱਛਾ ਬਲਾ ਚੋਲੇ ਸਤਾ ਮੈਂ ਜਾ ਕੇ ਬਲਾ ਹੂੰ ਸੀ ਵੈਸੇ 1 ਘੰਟਾ ਬੈਗ ਮੇਰੇ ਹੈਗਾ। ਅੱਛਾ ਯਾਰ ਪਹੁੰਚੇ ਹੈਡ ਫਰੀ ਤੇ ਬਹਾਦਰ ਭਾਈ ਨਾ ਮੋਟਰ ਦੇ ਚੈਨ ਵਗੈਰਾ ਸੈੱਟ ਕਰ ਲੈਣਾ ਪਏ ਤਾਂ ਬਲਾ ਜੁਲਦੇ ਪਰ ਬਾਗੀ ਤੇ ਰਾਜਾ ਦਾ ਸਾਜੇ ਪਹੁੰਚੇ ਹੈਡ ਫਰੀ ਬੇਕਰੀ ਤੇ ਇਥੋਂ ਨਾ ਕਹਾਂ ਕਿ ਆ ਮਿੱਠੇ ਪਾਰਸਲ ਉਸਤਾਦ ਥੋੜਾ ਜਲਦੀ ਕਰ ਯਾਰ ਮਿਹਰਬਾਨੀ ਹੋਸੇ। ਮਾਸ਼ਾਅੱਲਾ ਇਹ ਤੁਸੀਂ ਚੈੱਕ ਕਰੋ, ਅੱਲਾਹ ਪਾਕ ਨਾ ਰੋਹਿਤ ਰਾਜ਼ੀ ਸਿਆਗੜੇ ਤੇ ਅਸਾਂ ਐਸੇ ਬਾਰਿਸ਼ ਵਗੈਰਾ ਦਾ ਸੀਨ ਪੜ ਕੇ ਦੇਖੋ ਸਾਹਮਣੇ ਦੇਖੋ ਬਾਰਿਸ਼ ਵਗੈਰਾ ਬੜੀ। ਅਸੀਂ ਜਿਸ ਟਾਈਮ ਨਿਕਲਿਆ ਸੀ ਨਾ ਆਪਣੇ ਘਰ ਤੋਂ ਤਾਂ ਇਤਨੀ ਜ਼ਿਆਦਾ ਗਰਮੀ ਆਈ ਨਾ, ਸਮਾਨ ਵਗੈਰਾ ਨਾਲ ਗਿਜੇ ਸੇ ਚੈੱਕ ਕਰੋ, ਬੋਤਲ ਵਗੈਰਾ ਕੋਈ ਸਮੋਸੇ ਮਿੱਠੇ ਵਗੈਰਾ। ਨਵੀਦ ਬਾਈ ਨਵੀਦ ਬਾਈ ਤੇ ਨਵੀਦ ਬਾਈ ਦਾ ਖਰਚਾ ਸੀ ਤੇਰਾ ਖਰਚਾ ਕਹਿ ਨਾ ਯਾਰ 50-50 ਖਰਚਾ ਮਾਦਰਤ। ਸਮਾਨ ਵਗੈਰਾ ਗਿਜਿਆ ਸੇ ਖਾ ਕੇ ਨੂੰ ਤੇ ਵਲਾ ਦਰਬਾਰ ਨਾਲ ਸਾਡੀ ਹੁੰਦੇ ਕਿਉਂਕਿ ਤੂੰ ਤਾਂ ਨਹੀਂ ਮਹਿੰਗਾ ਨਾ ਬੋਤਲ ਗਰਮ ਸੀ ਵੈਸੇ। ਬਾਦਰ ਬਾਈ ਯਾਰ ਬਾਰਿਸ਼ ਵਗੈਰਾ ਬੜੀ ਵਧੀਆ ਇਹ ਮੁਕੋ ਠੀਕ ਹੈ ਨਾ? ਕਿਆ ਪਾਰਟ ਨੇ ਪਤੀ ਸਾਹਿਬ ਯਾਰ ਮੈਂ ਯਾਰ ਸਪੈਸ਼ਲ ਦੇ ਪੈਸੇ ਕਿੱਥੇ ਪਤੀ ਸਾਹਿਬ ਯਾਰ ਅਸਾਂ ਨਾਲ ਪ੍ਰੈਂਕ ਕਰਦੇ ਨੇ ਠੱਕ ਵਾਲੇ ਯਾਰ ਠੱਕ ਵਾਲਿਆਂ ਕੋ ਸਾਗ ਤੇ ਸਪੈਸ਼ਲ ਮਿੱਠੀ ਪਾ ਦਿਓ ਮੈਂ ਵਲੌਗ ਲਗਾ ਰਿਹਾ ਗਿਆ ਤੂੰ ਕਿਹਦਾ ਸਸਤਾ ਵਾਲਾ ਪ੍ਰੈਂਕ ਕਰਦੇ ਨੇ ਯਾਰ ਆਪਣੇ ਨਾਲ ਪਤੀ ਸਾਹਿਬ ਪਾੜ ਦੇ ਨੇ ਯਾਰ ਸਾਰਾ ਇਹ ਦੇਖੋ ਯਾਰ ਸਾਰਾ ਪਤੀ ਸਾਹਿਬ ਪਾੜ ਦੇ ਯਾਰ ਹੈਡ ਫਰੀ ਵਾਲੇ ਪ੍ਰੈਂਕ ਕਰਦੇ ਨੇ ਯਾਰ ਕਿਆ ਸੀਗੇ ਯਾਰ ਮੈਂ ਉਹ ਪੈਸੇ ਸਪੈਸ਼ਲ ਦੇ ਦਿੱਤੇ ਬਹਾਦਰ ਭਾਈ ਯਾਰ ਇਹ ਤਾਂ ਜ਼ਿਆਦਤੀ ਹੈ ਵੈਸੇ ਬਾਦ ਉਸਤਾ ਤੇਰੇ ਕਿਆ ਖੈਰਾ ਤੂੰ ਬਾਕੀ 14 ਅਗਸਤ ਮਨੇ ਦਾ ਬਰੀ ਯਾਰ ਨਵੀਦ ਭਾਈ ਯਾਰ ਧੋ ਯਾਰ ਬੋਤਲ ਧੋ ਗਿਆ ਅਗੇਨ ਇਹ ਤਲਾ ਨਾ ਮਿੱਟੀ ਜਰੀਏ ਸਾਫ ਕਰ ਗਿਆ ਬਾਦਰ ਭਾਈ ਇਹ ਕਿਆ ਹੈ ਲੋਕ ਬੰਦਿਆਂ ਦੀ ਵੀਡੀਓ ਬਣਦੇ ਤੂੰ ਦਰਖਤਾਂ ਦੀ ਬਣਦਾ ਉਹਦੇ ਕਿਆ ਚੀਨੇ ਸ਼ਾਇਦ ਯਾਰ ਜੁਲ ਯਾਰ ਜੁਲ 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 ਬਾਰਿਸ਼ ਵਗੈਰਾ ਆਉਂਦੀ ਪਈ ਹੈ ਪਹੁੰਚ ਚੁੱਕਿਆ ਜੀ ਹੈਦਰ ਸ਼ਾਹ ਦਰਬਾਰ ਮਾਸ਼ਾਅੱਲਾ ਜਿਹੜੀ ਮਾਸ਼ਾਅੱਲਾ ਚੋਲਿਸਤਾਨ ਦੇ ਏਰੀਆ ਜੰਮ ਜੇ ਤੇ ਬਿਲ ਮਾਸ਼ਾਅੱਲਾ ਟਿਕਟੋਕ ਤੇ ਸਾਈਨ ਅਕਸਰ ਵੀਡੀਓ ਠਾਸੋ ਬਹੁਤ ਮਸ਼ਹੂਰ ਤੇ ਫੇਮਸ ਦਰਬਾਰ ਇਹਦੇ ਨਾਲ ਇੱਕ ਕਿਲਾ ਹੈ ਕਿਲਾ ਖੈਰ ਘੜੇ ਤੁਸਾਂ ਉੱਥਾਂ ਦਾ ਵਿਜ਼ਿਟ ਕਰੋ ਇਹਨੂੰ ਬਾਕੀ ਤੁਸਾਂ ਵਿਊ ਚੈੱਕ ਕਰੋ ਨਾਲ ਬਾਰਿਸ਼ ਵਗੈਰਾ ਬੜੀ ਤੇ ਕਮਾਲ ਦੇ ਲਾਣਾ ਦਰਬਾਰ ਦਾ ਮੇਨ ਸੀਨ ਹੈ ਪਹਿਲੇ ਦੀਵਾਰ ਵਗੈਰਾ ਕਹਿੰਦੇ ਤੇ ਕਿ ਤਾਂ ਮਾਸ਼ਾਅੱਲਾ ਦੀਵਾਰ ਵਗੈਰਾ ਇਹਦੇ ਤੇ ਨੇ ਤੇ ਕਲਰ ਵਗੈਰਾ ਪਹਿਲੇ ਕਹਿਣਾ ਦਰਬਾਰ ਦਾ ਕਲਰ ਵਗੈਰਾ ਸੀਗੇ ਮਾਸ਼ਾਅੱਲਾ
ماشاءاللہ جی ماشاءاللہ قلعے دے وچ کوکنگ سینے پیا السلام علیکم بسم اللہ کیا حال چلو ٹھیک ہو کتھوں آئے سائیں کوٹ سمابے تو ماشاءاللہ یار چیک کرو کوٹ سمابے تو آئے ودن ایتھے نا کوکنگ کرن دے پین او وی قلعے دے اندر چیک کرو السلام علیکم کیا حال بھائی جان ٹھیک ہو کتھوں آئے سائیں کوٹ سمابے تو ایتھے کوکنگ کرن دے پے وے کمال سی گیا کج لے آئے پیارا خوبصورت اللہ اکبر بہادر بھائی اکی تھا علاقے جا گئے یار بہادر بھائی بہادر بھائی کتھے ہیں اللہ اکبر اس سائیڈ تو ویور چیک کرو بارش ہی بارش ہے اوئے ہوئے 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 تو ساو بارش آ رہا ہے نا کیا ہے وال آو نیو نیو یار آو نیو اے چیک کرو ویور اللہ اکبر خطرناک جگہ یار بہادر بھائی ٹینشن لینے کا آپ ہمارے ساتھ ہیں ہم کٹھے پوسیں گے پانی کے اندر ٹھیک ہے نوید بھائی شاید بھائی کاٹ اندر کپڑے کو بچا ہے ٹھیک ہے اچھا ویور ویور جلے بارش سے نا نہ تو سکا بلا تو اینا دی نا کپڑے وغیرہ دیکھن جلے بارش سے اچھا ویور ایک قلعہ خیر گڑھ دا سین سب تو زیادہ اچا برج نا ہی ہے ہوں تو بعد سامع اللہ چار برج ہیں باقی قلعہ نہ خستہ والا شکار ہے کچھ ٹورسٹ وغیرہ آئے گھوم پھر سامنے جی گڈی کھڑی ہے کچھ اس جگہ سے گاڑیاں وغیرہ کھڑی اتنا نہ کوکنگ وغیرہ کرنے بیٹھے پتہ نہیں کتوں آئے ہوئے تو ملاقات تک کروائی ہے تو باقی اس جگہ سے بارش وغیرہ سیندی پہ لیکن اتنا کہ اللہ پاک کرم سے گئے اتنا شاید بھائی کپڑے جر چٹے نہ پوس وجے نا کوئی سین اتنا دیکھو تو تلے کا کتنا دیکھو کتنے جھکی ہے باہر کا سین کمال لگ جاتا کیونکہ بارش وغیرہ جلے بڑھ گئی بنے نا والا ڈیزرٹ تو گھومنے کا مزہ الگ ہوتا ہے بہادر بھائی کہ مزہ آئے گا نا تو سب خطرہ تھا پہ گیا کہ بارش آئے تھے بس اچھا آپ کو زیادہ انہوں کو زیادہ خطرہ چٹے کپڑے لگو کاٹا دے کپڑے پڑے تھے نا آپ کو کوئی مسئلہ نہیں کیونکہ نہ دے اگر بارش وغیرہ ہو جائے تو بس کام سی بنیا جلدی جلدی لو یار بارش آ گئی جلدی 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 یار جلدی 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 کیونکہ رستہ خراب سی چلا موٹر سائیکل کھڑی بسے بس اسے اے سب سے زیادہ خطرناک خطرناک سین ہے خطرناک سین ہے جلدی 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 چلی 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 جلدی 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 ولا ولا اسا اٹھا وڈا کنی مدا یار دوبارہ جلو دوبارہ 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 جلانے زیرو موڑا سیکھی یار دکھا سی یار میں شوگر میرا دکھڑی ساری وام کھڑی ہے سارا شوگر میرا دکھڑی چودہ پک پک یہ کرنے بندے اس سائڈ ماشاء اللہ دربار ہے شمشا وغیرہ لاگ جانے یار جلدے پیا حیدر شاہ تو واپسی تاں کال کہندی آ گئی یار حیدر شاہ تو واپسی جلدے پیا تے جلدے خان پور سٹی پارک اتنا جو سین ہوتا تو شیئر کرنے صاحب اے اصل 14 کا ذرا چیک کرو سٹی پارک خان پور ہے کیویں والا سین یار اے کہندن 14 کا سان سٹی پارک فل شاپ ہے تو جلدی نہ آوے بھائی کیا اسا موٹر سائیکل کھڑے دے پیسے تا اے بھائی دا ذمہ وار ہے دوار اسا اس ٹائم میں موجود ہاں سٹی پارک خان پور تا میرے کو ایک ہیلپ ضرورت پے گی لیکن کوئی نہیں ہیلپ کیتا اے بھائی ہیلپ کیتا السلام علیکم کیا حال ہے بھیا کیا نام ہے سی اپنا ہاشم ماشاءاللہ اے سی کوٹلا پٹھان تو ماشاءاللہ بھائی ساری ہیلپ کیتا بہت شکریہ سائیں او تو ساری کی خدمت کروں ٹھیک ہے مہربانی اللہ حافظ یار کہ نہ کوئی دوست السلام علیکم وعلیکم السلام کیا حال ہے ٹھیک ہو آباد ہے سے او
مرشد منگریا سردار کیا حال ہے ٹھیک ہو تو صحیح صحیح مار صاحب ٹائم سی کے ویوار نو دات سٹی پارک جنا راستے میں ختم نا نہیں بہادر بھائی کیویں لگے وال مزہ آیا کنا لیکن شور تک کافی زیادہ ہے اپنے ڈیزرٹ کو نہیں مزہ آ کے نا ٹھیک ہے ڈیزرٹ کو اچھا ہاں ٹھیک ہے ماحول یار لیکن رش کافی کیویں مو کس کے ماحول ٹھیک ہے یار ہر قسم کا ماحول ٹھیک ہے اچھا اچھا تو ویوار ہوں جلدی پہ واپس